ਟੋਰਟ ਸਿੰਡਰਮ ਕੀ ਹੁੰਦਾ ਇਹਦਾ ਇਹ ਮੈਸੇਜ ਆਇਆ ਤੇ ਮੈਂ ਵੀ ਇਹ ਪਹਿਲੀ ਵਾਰੀ ਸੁਣਿਆ ਹੈਗਾ ਇਹ ਇਹਨੂੰ ਇਹਨੂੰ ਕਹਿੰਦੇ ਨੇ ਟਿਕ ਡਿਸਆਰਡਰ ਟਿਕ ਡਿਸਆਰਡਰ ਪੀ ਆਈ ਸੀ ਟਿਕ ਡਿਸਆਰਡਰ ਟੋਰਟ ਸਿੰਡਰਮ ਤੁਸੀਂ ਕਹਦੇ ਕਿਸੇ ਨੂੰ ਦੇਖਿਆ ਇਹ ਬੋਲਦਾ ਤੇ ਇੱਕੋ ਹੀ ਲਫਜ਼ بار-बार ਬੋਲੇ ਜਾ ਰਿਹਾ ਬੋਲੇ ਜਾ ਰਿਹਾ ਟਥਲਾਉਣਾ ਕਹਿੰਦੇ ਜੀ ਨਹੀਂ ਟਥਲਾਉਣਾ ਹੋਰ ਚੀਜ਼ ਹੈ بار-बार ਇੱਕ ਹੀ ਗੱਲ ਕਰੀ ਜਾ ਰਿਹਾ ਉਹ ਅੱਛਾ ਬਲਜਿੰਦਰ 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 ਗੱਲ ਸੁਣੀ ਗੱਲ ਸੁਣੀ ਗੱਲ ਸੁਣੀ ਬਾਰ ਬਾਰ ਕਦੇ ਕਿਸੇ ਨੂੰ ਰੈਪੀਟੇਟਿਵ ਸਾਊਂਡਸ ਹਮ ਕੋਈ ਜ਼ਰੂਰੀ ਨਹੀਂ ਕਿ ਗੱਲ ਸਾਊਂਡ ਵੀ ਕੋਈ ਹੋ ਸਕਦੀ ਰੈਪੀਟੇਟਿਵ ਰਿਪੀਟ ਕਰਨ ਵਾਲੀ ਸਾਊਂਡ ਜਾਂ ਰੈਪੀਟੇਟਿਵ ਮੂਵਮੈਂਟਸ ਹੱਥ ਦੀਆਂ ਕੋਈ ਹੱਥ ਹਲਾਈ ਜਾ ਰਿਹਾ ਇਸ ਤਰ੍ਹਾਂ ਸਾ ਕਰੀ ਜਾ ਰਿਹਾ ਕੋਈ ਪੈਰ ਹਲਾਈ ਜਾ ਰਿਹਾ ਕੋਈ ਬੈਠੇ ਲਾਤੀ ਹਲਾਈ ਜਾ ਰਹੇ ਆ ਬਾਰ ਬਾਰ ਰੋਟੀ ਖਾਂਦੇ ਵੀ ਵੈਸੇ ਵੀ ਉਹਨਾਂ ਦੀ ਜਿਹੜੀ ਜਿੱਦਾਂ ਇੱਕ ਪੈਰ ਉਹਨਾਂ ਨੇ ਉਹਨੂੰ ਹਲਾਈ ਜਾਣਾ ਕਈ ਵਾਰੀ ਤੁਸੀਂ ਨਾਲ ਬੈਠੇ ਆ ਚੇਅਰ ਵੀ ਹਿੱਲੀ ਜਾਂਦੀ ਆ ਤੁਹਾਨੂੰ ਉਹ ਹੋਰ ਤਰ੍ਹਾਂ ਬਾਦਰ ਕਰਦਾ ਹੈਗਾ ਆ ਪਰ ਉਹ ਕਹਿੰਦੇ ਕਿ ਮੇਰੀ ਜੀ ਹੈਬਿਟ ਆ ਮੈਨੂੰ ਆਦਤ ਬਣੀ ਐ ਐਕਚੁਅਲੀ ਥਿਸ ਇਜ਼ ਨੋਨ ਐਸ ਟੋਰਟ ਸਿੰਡਰੋਮ ਅੱਛਾ ਜੀ ਟਿਕ ਡਿਸਆਰਡਰ ਇਹਨੂੰ ਕਹਿੰਦੇ ਨੇ ਹਮਮ ਔਰ ਕਈ ਲੋਕਾਂ ਨੂੰ ਗਰਦਨ ਹਿਲਾਉਂਦੇ ਵੀ ਆ ਇਸ ਤਰ੍ਹਾਂ ਇਸਾਂ ਕਰਦੇ ਰਹਿੰਦੇ ਨੇ ਜਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਤੁਸੀਂ ਦੇਖਿਓ ਨੇ ਕਈ ਕੋਈ ਵੀ ਇੱਕ ਰੈਪੀਟੇਟਿਵ ਮੂਵਮੈਂਟ ਯਾ ਰੈਪੀਟੇਟਿਵ ਸਾਊਂਡ ਜਿਹੜੀ ਮੂੰਹ ਚੋਂ ਕੱਢਦੇ ਹੋ ਤੁਸੀਂ ਰਿਪੀਟ ਕਰਦੇ ਹੋ ਬਾਰ-ਬਾਰ ਉਹਨੂੰ ਕਰਦੇ ਹੋ ਤੇ ਉਸ ਬੰਦੇ ਨੂੰ ਟਿਕ ਡਿਸਆਰਡਰ ਹੈ ਟੋਰਟ ਸਿੰਡਰੋਮ ਹੈ ਹਮਮ ਇੱਕ ਟੌਰਟ ਸਿੰਡਰੋਮ ਤੁਸੀਂ ਲੈ ਜਾਓ ਉਹ ਜਿੱਥੇ ਮਰਜ਼ੀ ਉਹ ਮੈਨਾਂ ਦਾ ਕੋਈ ਇਲਾਜ ਨਹੀਂ ਹੈ ਲੈ ਲੋ ਇਹ ਖਾਲਾ ਇਹ ਖਾਲਾ ਇਹਨਾਂ ਕੋ ਤਾਂ ਖੈਰ ਇਲਾਜ ਹੈ ਹੀ ਕੋਈ ਨਹੀਂ ਉੱਥੇ ਸਿਰਫ ਸਾਰੀਆਂ ਗੱਲਾਂ ਹੀ ਨੇ ਜਿਹੜੇ ਇਲਾਜ ਨੇ ਉਹ ਜੈਨਟੀਬਾਇਟਿਕਸ ਦਿੰਦੇ ਨੇ ਤੇ ਜਾਂ ਤੁਹਾਨੂੰ ਦਿੰਦੇ ਨੇ ਪੇਨ ਕਿਲਰਸ ਤੇ ਐਂਟੀਬਾਇਟਿਕਸ ਔਰ ਪੇਨ ਕਿਲਰਸ ਤੇ ਕੋਈ ਖਾਸ ਇਲਾਜ ਨਹੀਂ ਨਾ ਟਿਕ ਸਿੰਡਰੋਮ ਦੀ ਦਵਾਈ ਮੈਂ ਤੁਹਾਨੂੰ ਦੱਸ ਦਿੰਨਾ ਉਹਦੀ ਦਵਾਈ ਬੜੀ ਆਸਾਨ ਹੈ ਉਹੋ ਹੀ ਦਵਾਈ ਹੈ ਉਹਦੀ ਜਿਹੜੀ ਟੈਨਸ਼ਨ ਦੀ ਦਵਾਈ ਹੈ ਇਸ ਬੰਦੇ ਨੂੰ ਸਵੀਅਰ ਟੈਨਸ਼ਨ ਹੁੰਦੀ ਹੈ ਇਹਦੇ ਜਿਹੜੇ ਨਰਵਸ ਹਨ ਇਹਨੂੰ ਨਰਵਸ ਸਿਸਟਮ ਦੀ ਬਿਮਾਰੀ ਕਹਿੰਦੇ ਆ ਇਹ ਮੋਟਰ ਨਰਵਸ ਜਿਹੜੇ ਨੇ ਨਾ ਇਹ ਨਰਵਸ ਦਾ ਕਨੈਕਸ਼ਨ ਡਿਸਆਰਡਰ ਹੋ ਜਾਂਦਾ ਇਹ ਡਿਸਟਰਬ ਹੋ ਜਾਂਦਾ ਉਹਦੀ ਦਵਾਈ ਹੋਮੀਓਪੈਥਿਕ ਚ ਇੰਤਹਾਈ ਕਾਬਿਲ ਇਤਬਾਰ ਦਵਾਈ ਹੈ ਔਰ ਬਹੁਤ ਹੀ ਇਫੈਕਟਿਵ ਦਵਾਈ ਹੈ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ੋਅ ਤੋਂ ਸੁਣ ਕੇ ਦਵਾਈਆਂ ਯੂਜ਼ ਕੀਤੀਆਂ ਇਨ ਮੈਂ ਕਿ ਮੈਨੂੰ ਫੋਨ ਆਂਦੇ ਨੇ ਥੈਂਕ ਯੂ ਦੇ ਕੇ ਅਸੀਂ ਕਿਤੋਂ ਹੋਰ ਨਹੀਂ ਪੁੱਛਿਆ ਅਸੀਂ ਜਾ ਕੇ ਉਹ ਦਵਾਈ ਇੰਜ ਲੈ ਲਈ ਤੇ ਹੁਣ ਮੇਰਾ ਬੇਟਾ ਜਿਹੜਾ ਇੰਨੀ ਟੈਨਸ਼ਨ ਦਿੰਦਾ ਸੀ ਘਰ ਚ ਇੰਨੀ ਸਟ्रेस ਦਿੰਦਾ ਸੀ ਹੀ ਇਜ਼ ਵੈਰੀ ਹੈਪੀ ਤੇ ਹੁਣ ਮੈਂ ਚਾਹਨੀ ਆ ਕਿ ਹੁਣ ਮੈਂ ਇੱਕ ਵਾਰੀ ਤੁਹਾਡੇ ਕੋ ਭੇਜਾਂ ਥੈਂਕ ਯੂ ਬੋਲ। ਮੈਂ ਕਹਿੰਨੀ ਭੇਜੋ ਨਾ ਤੁਸੀਂ ਉਹਨੂੰ ਦਵਾਈ ਚੇਂਜ ਕਰ ਲਓ ਹੁਣ ਹਲਕੀ ਕਰ ਦਿਓ ਉਹਦੀ ਦਵਾਈ। ਤੇ ਇਹਦੀ ਜਿਹੜੀ ਦਵਾਈ ਜਿਹੜੀ ਸਭ ਤੋਂ ਅੱਛੀ ਟੋਰਟ ਸਿੰਡਰਮ ਦੀ ਦਵਾਈ ਹੈ। ਉਹਦਾ ਇਹ ਉਹ ਜਿਹੜੇ ਬੰਦੇ ਨੂੰ ਖਾਬ ਚ ਭੂਤ ਵੀ ਨਜ਼ਰ ਆਉਂਦੇ ਹੋਣ ਨਾ ਜਾਂ ਐਵੇਂ ਕਹਿੰਦਾ ਹੋਵੇ ਮੇਰੇ ਪਿੱਛੇ ਕੋਈ ਆ ਰਿਹਾ ਹੈ ਜਾਂ ਐਵੇਂ ਕਹਿੰਦਾ ਹੋਵੇ ਕਿ ਮੈਨੂੰ ਲੋਕ ਮੇਰੇ ਪਿੱਛੇ ਪੈ ਰਹੇ ਹੈ ਜਾਂ ਕਹਿੰਦਾ ਹੋਵੇ ਕਿ ਮੈਨੂੰ ਰੋਣਾ ਆ ਰਿਹਾ ਬਗੈਰ ਵਜਹ ਤੋਂ ਲੇਡੀਜ਼ ਆ ਜਾਂ ਮੇਲ ਆ ਜਾਂ ਫੀਮੇਲ ਆ ਜਿਹਨੂੰ ਰੋਣਾ ਐਵੇਂ ਆਉਂਦਾ ਜਿਹਨੂੰ ਭੂਤ ਜਿਹਨਾਂ ਨੂੰ ਆਉਂਦੇ ਜਾਂ ਜਿਹਨੂੰ ਐਵੇਂ ਲੱਗਦਾ ਮੇਰਾ ਕੋਈ ਪਿੱਛਾ ਕਰ ਰਿਹਾ ਉਹਦੀ ਸੇਮ ਇਹੀ ਦਵਾਈ ਹੈ ਜਿਹੜੀ ਟੋਰਟ ਸਿੰਡਰੋਮ ਦੀ ਹੈ ਉਹਦਾ ਨਾਮ ਹੈ ਸਟਰਾਮੋਨੀਅਮ ਸੈਟਰਾਮੋਨੀਅਮ ਇਹਦੀ ਦਵਾਈ ਲੇਖ ਲੋ ਤੁਹਾਨੂੰ ਤੇ ਨਹੀਂ ਬਹੁਤ ਨਜ਼ਰ ਆਂਦੇ ਸੈਟਰਾਮੋਨੀਅਮ ਤੋਂ ਇਲਾਵਾ ਇਹਦੀ ਇੱਕ ਹੋਰ ਵੀ ਦਵਾਈ ਹੈ ਬਲਜੰਦਰ ਅਗੈਰੀਕਸ A G A R I C U S ਅਗੈਰੀਕਸ 200 ਦੇ 5 ਡਰਾਪਸ ਲੈ ਲਓ ਇੱਕ ਦਫਾ ਰੋਜ਼ ਤੇ ਨਫ ਸੈਟਰਾਮੋਨੀਅਮ ਵੀ 200 ਪੋਟੈਂਸੀ ਦੇ 4 ਪੁਆਇੰਟ ਡਰਾਪਸ ਇੱਕ ਵਾਰੀ ਰੋਜ਼ ਲੈ ਲਓ ਤੇ ਨਫ ਹੈਗੇ ਫਿਰ ਇਹਦੀ ਇੱਕ ਦਵਾਈ ਹੈ ਅਰਜੈਂਟਮ ਨਾਈਟ੍ਰਿਕਮ ਹਮ ਫੇਰ ਦੀ ਇੱਕ ਦਵਾਈ ਹੈ ਇਗਨੇਸ਼ੀਆ ਫੇਰ ਦੀ ਇੱਕ ਦਵਾਈ ਹੈ ਕੌਸਟਿਕਮ ਫੇਰ ਦੀ ਇੱਕ ਦਵਾਈ ਹੈ ਰਸਟਾਕਸ ਇਹ ਸਾਰੀਆਂ ਜਿਹੜੀਆਂ ਮੈਂ ਦੱਸੀਆਂ ਸਾਰੀਆਂ ਵੀ ਤੁਸੀਂ ਇਕੱਠੀਆਂ ਕਰ ਸਕਦੇ ਹੋ ਜੇ ਅਗਰ ਛੋਟੀ ਪੋਟੈਂਸੀ ਚ ਸਾਰੀਆਂ ਇਕੱਠੀਆਂ ਕਰ ਲਓ 30 ਪੋਟੈਂਸੀ ਚ ਤੇ ਇਹਨਾਂ ਦੇ ਫਿਰ 10 ਤੋਂ 15 ਡਰਾਪਸ ਦਿਨ ਚ ਤਿੰਨ ਵਾਰ ਲੈ ਲਓ ਨਾ ਤਾਂ ਉਹ ਰੋਣ ਨੂੰ ਦਿਲ ਕਰੇਗਾ ਤੁਹਾਡਾ ਰੋਣਾ ਮੁੱਕ ਜਗਾ ਮੇਰੇ ਕੋਲ ਬਹੁਤ ਸਾਰੀਆਂ ਲੇਡੀਆਂ ਆਉਂਦੀਆਂ ਹਨ ਉਹਨਾਂ ਨੂੰ ਮੈਂ ਦੱਸਦਾ ਨਹੀਂ ਉਹ ਜਦੋਂ ਬੈਠੀ ਆਪਣੀ ਗੱਲ ਸੁਣਾ ਰਹੀਆਂ ਹੁੰਦੀਆਂ ਨਾ कोरोना ਸ਼ੁਰੂ ਕਰ ਦਿੰਦੀ ਆ ਅੱਛਾ ਉਹ ਰੋ ਰਹੀ ਹੁੰਦੀ ਆ ਮੈਂ ਹਸ ਰਿਆ ਹਾਂ ਕਿਉਂ ਬੰਦਾ ਮੈਨੂੰ ਪਤਾ ਮੈਨੂੰ ਹੁਣੇ ਚੁੱਪ ਕਰਾ ਲੈਣਾ ਮੇਰੇ ਕੋ ਇੱਕ ਬੰਦੀ ਹੈ ਉਹ ਵੀ ਇੰਜੀ ਕਰਦੀ ਹੈ ਉਹ ਜਦੋਂ ਕਦੇ ਕਿਤੇ ਹਫਤੇ 'ਚ ਇੱਕ ਵੱਧੀ ਵਾਰ ਜਦੋਂ ਕਿਤੇ ਉਹ ਅਦਾਸ ਹੁੰਦੀ ਹੈ ਜਾਂ ਉਹਨੂੰ ਕੁਝ ਹੁੰਦਾ ਤੇ ਉਹਨੇ ਮੈਨੂੰ ਫੋਨ ਕਰਨਾ ਤੇ ਉੱਚੀ ਉੱਚੀ ਰੋਣ ਲੱਗ ਪੈਂਣਾ ਮੈਨੂੰ ਲੱਗਦਾ ਮੈਂ ਦਵਾਈਆਂ ਲੈ ਕੇ ਰੱਖ ਲਵਾਂ ਤੁਸੀਂ ਤਾਂ ਆ ਜਾਓ ਤੁਸੀਂ ਉਹਨੂੰ ਮੇਰੇ ਕੋਲ ਭੇਜੋ ਪਰ ਫੀਸ ਲਈਏ ਉਹਦੇ ਕੋਲ ਦੀ ਆਪਾਂ ਕਾਫੀ ਪੀਆਗੇ ਠੀਕ ਹੈ ਜੀ ਤੇ ਉਹ ਇਹ ਸਾਰੀਆਂ ਦਵਾਈਆਂ ਜਿਹੜੀਆਂ ਮੈਂ ਦੱਸੀਆਂ ਰਸਟਾਕਸ ਕਾਸਟਿਕਾ ਮੈਗਨੇਸ਼ੀਆ ਸਟਰਾਮੋਨੀਅਮ ਅਰਜੈਂਟਮ ਨਾਈਟ੍ਰਿਕਮ ਤੇ ਅਗੇਰੀਕਸ ਇਹ ਛੇ ਦੀਆਂ ਛੇ ਦਵਾਈਆਂ ਇਕੱਠੀਆਂ ਕਰੋ 30 ਪੋਟੈਂਸ ਵਿੱਚ ਔਰ ਇਹਦੇ 10 ਡਰਾਪਸ ਦਿਨ ਚ ਤਿੰਨ ਵਾਰੀ ਲੈਣੇ ਸ਼ੁਰੂ ਕਰ ਦਿਓ ਤੇ ਤੁਹਾਡਾ ਟੋਰਟ ਸਿੰਡਰੋਮ ਗਾਇਬ ਥੋੜਾ ਟਾਈਮ ਲੱਗੇਗਾ ਲੇਕਿਨ ਗਾਇਬ ਹੋ ਜਾਏਗਾ ਕੀ ਬਾਤ ਅਗਰ ਮੇਰ ਕੋ ਆਨਗੇ ਮੈਂ ਇਹਦੀ ਪੋਟੈਂਸ਼ੀਅਲ ਡਿਫਰੈਂਟ ਕਰਕੇ ਦੇ ਆਂਗਾ ਲੇਕਿਨ ਦੂਰ ਦੇਖਣ ਵਾਲੇ ਜਿਹੜੇ ਵਿਚਾਰੇ ਨਹੀਂ ਆ ਸਕਦੇ ਜਿਹੜੇ ਸਿਰਫ ਫੋਨ ਤੇ ਹੀ ਗੱਲ ਪੁੱਛ ਸਕਦੇ ਉਨਾਂ ਵਾਸਤੇ ਇਹ ਹੈ ਕਿ ਉਹਨਾਂ ਲਈ ਆਸਾਨੀ ਹੋ ਜਾਏਗੀ ਜ਼ਰਾ ਇਹ ਬੜੀ ਗੰਦੀ ਬਿਮਾਰੀ ਤੁਹਾਨੂੰ ਪਤਾ ਹੈ ਜਿਹਨਾਂ ਹੱਥ ਹਿਲਦਾ ਰਹੇ ਹਿਲਦਾ ਰਹੇ ਪੈਰ ਹਿਲਦਾ ਰਹੇ ਉਹ ਦੂਸਰੇ ਨੂੰ ਇਰਿਟੇਟ ਕਰਦੀ ਹੈ